ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਅਸੀਂ ਉਹੀ ਸੁਣਿਆ ਗੱਲ ਥੋੜੀ ਹੈ ਯਾਰ, ਤੇ ਉਹਨਾਂ ਨੂੰ ਤੁਸੀਂ ਪੈਸੇ ਵੀ ਦੇਈ ਜਾਂਦੇ ਹੋ 10-10, 15-15 ਲੱਖ। ਅੱਜ ਹਰ ਇੱਕ ਮਹੱਲੇ ਚ ਗਰੁੱਪ ਬਣੇ ਹੋਏ ਨੇ, ਗੈਂਗਾਂ ਬਣੀਆਂ ਹੋਈਆਂ ਨੇ, ਜਿਹੜਾ ਮਰਜ਼ੀ ਜਿਹਨੂੰ ਮਾਰ ਜਾਂਦਾ ਪਤਾ ਨੀ ਲੱਗਦਾ ਕੀ ਲੈਣਾ ਯਾਰ। ਆਪਣੇ ਬੱਚੇ ਨੂੰ ਹਜੇ ਵੀ ਸਾਂਭ ਲਓ, ਹਜੇ ਵੀ ਮੌਕਾ ਹੈਗਾ, ਨਹੀਂ ਤਾਂ ਉਸ ਤੋਂ ਬਾਅਦ ਨਹੀਂ ਹੋਣਾ ਕੁਛ ਵੀ। 80% ਕੰਮ ਖਤਮ ਹੋ ਗਿਆ। ਬੱਚੇ ਸੁਣਦੇ ਨੀ, ਚੰਗੀਆਂ ਗੱਲਾਂ ਬੱਚਿਆਂ ਨੂੰ ਸਮਝ ਨਹੀਂ ਆਉਂਦੀਆਂ। ਗੈਂਗਸਟਰਾਂ ਵਾਲੇ ਗਾਣੇ ਜਿੰਨੇ ਮਰਜ਼ੀ ਇਹਨਾਂ ਤੋਂ ਸੁਣ ਲਓ, ਜੇ ਕੋਈ ਚੰਗੀ ਗੱਲ ਦੱਸਦਾ ਮਾਂ ਪਿਓ ਵੀ ਨਹੀਂ ਦੱਸਦੇ ਵੀ ਬੇਟਾ ਸੁਣੋ ਕੀ ਕਹਿ ਰਿਹਾ। ਆਪਣੇ ਬੱਚਿਆਂ ਨੂੰ ਬਚਾ ਲਓ, ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਅੱਗੇ ਜਿਹੜਾ ਫਿਊਚਰ ਬੱਚਿਆਂ ਦਾ, ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤੇ ਗੈਂਗਲੈਂਡ ਸ਼ੈਂਗਲੈਂਡ ਜਿੰਨੇ ਵੀ ਗਾਣੇ ਜਿਹੜੇ ਇਹਨਾਂ ਨੂੰ ਸੁਣਨੇ ਬੰਦ ਕਰੋ, ਵਧੀਆ ਗਾਣੇ ਸੁਣਾਇਆ ਕਰੋ। ਗੱਲ ਪਾਕਿਸਤਾਨ ਹਿੰਦੁਸਤਾਨ ਦੀ ਨਹੀਂ ਹੈ, ਗੱਲ ਗਾਣੇ ਦੀ ਆ, ਵਧੀਆ ਗਾਣੇ ਦੀ, ਉਹ ਸੁਣਾਇਆ ਕਰੋ ਆਪਣੇ ਨਿਆਣਿਆਂ ਨੂੰ। ਅੱਜ ਗਲੀ ਗਲੀ ਵਿੱਚ ਅੱਜ ਹਰ ਇੱਕ ਮਹੱਲੇ ਚ ਗਰੁੱਪ ਬਣੇ ਹੋਏ ਨੇ, ਗੈਂਗਾਂ ਬਣੀਆਂ ਹੋਈਆਂ ਨੇ, ਜਿਹੜਾ ਮਰਜ਼ੀ ਜਿਹਨੂੰ ਮਾਰ ਜਾਂਦਾ ਪਤਾ ਨਹੀਂ ਲੱਗਦਾ ਕੀ ਲੈਣਾ ਯਾਰ। ਆਪਣੇ ਬੱਚੇ ਨੂੰ ਹਜੇ ਵੀ ਸਾਂਭ ਲਓ, ਹਜੇ ਵੀ ਮੌਕਾ ਹੈਗਾ।